सत श्री अकाल सारा नूं, मैं जसमीत भाटिया लैंडमार्क इमीग्रेशन तो। और जिवें कि तुहानूं पता ही होना कि लैंडमार्क इमीग्रेशन की कोशिश हुंदी है कि सारिआं नाल एक सही ढंग की इनफॉर्मेशन शेयर की जाए, खास करके अज के दौर में जदों यूट्यूब और होर थावां ते बहुत तरह की इनफॉर्मेशन स्टूडेंट सुन सुन के बहुत ही कन्फ्यूज बैठा। सो अज के वीडियो विच मैं तुहाडे नाल इह शेयर करना चाहना कि आने वाले ਕਿਹੜੇ ਕਿਹੜੇ ਇਨਟੇਕਸ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਸਟੂਡੈਂਟਸ, ਮਈ ਤੱਕ ਆਉਣ ਵਾਲੇ 6 ਮਹੀਨਿਆਂ 'ਚ ਕੈਨੇਡਾ ਦੇ 4 ਇਨਟੇਕ ਹੈ। ਯੈਸ, 4 ਇਨਟੇਕ ਹੈ। ਕਾਫੀ ਸਾਰੇ ਸਰਕਾਰੀ ਕਾਲਜਾਂ ਨੇ ਆਪਣੀ ਪਾਲਿਸੀਜ਼ 'ਚ ਬਦਲਾਵ ਲਿਆਂਦਾ, ਇਨਟੇਕਸ ਚੇਂਜ ਕੀਤੇ ਹੈ। ਕਿਊਬੈਕ ਦੇ ਵੀ ਕਾਫੀ ਕਾਲਜਸ ਨੇ ਇਨਟੇਕਸ ਚੇਂਜ ਕੀਤੇ ਹੈ। ਔਰ ਮਾਰਚ ਵਿੱਚ ਇੱਕ ਇਨਟੇਕ ਹੈ, ਜਨਵਰੀ ਤੋਂ ਬਾਅਦ ਅਪ੍ਰੈਲ 'ਚ ਇਨਟੇਕ ਹੈ, ਐਂਡ ਮਈ 'ਚ ਇਨਟੇਕ ਹੈ। ਸੋ ਮਈ ਤੱਕ ਜਿਹੜੇ ਕੈਨੇਡਾ 'ਚ ਸਟੂਡੈਂਟਸ ਜਾਣਾ ਚਾਹੁੰਦੇ ਹੈ, 4 ਇਨਟੇਕਸ ਦਾ ਫਾਇਦਾ ਉਠਾ ਸਕਦੇ ਹੈਗੇ ਹੈ। ਕਾਫੀ ਸਾਰੇ ਕਾਲਜਿਸ ਨੇ ਮਾਰਚ ਇਨਟੇਕ ਅਨਾਊਂਸ ਕਰਤਾ। ਸੋ ਸਟੂਡੈਂਟਸ, ਇਹਦੇ ਨਾਲ ਕੀ ਹੋਏਗਾ, ਕਾਫੀ ਸਾਰੇ ਸਟੂਡੈਂਟਸ ਇਹ ਦੇਖ ਰਹੇ ਹੈ ਕਿ ਜਨਵਰੀ ਇਨਟੇਕ ਬਹੁਤ ਨੇੜੇ ਆਉਂਦਾ ਜਾ ਰਿਹਾ, ਐਂਡ ਵਿੱਚ ਇਨਟੇਕ ਆਈ ਸ਼ੁੱਡ ਚੂਜ਼ ਨੈਕਸਟ। ਸੋ ਆਈ ਵਿਲ ਟੈਲ ਯੂ, ਇਫ ਦ ਕੋਰਸ ਇਜ਼ ਅਵੇਲੇਬਲ ਇਨ ਮਾਰਚ, ਦੈਨ ਯੂ ਕੈਨ ਚੂਜ਼ ਮਾਰਚ ਇਨਟੇਕ ਐਜ ਵੈਲ। ਬਿਕੋਜ਼ ਅੱਜ ਕੈਂਬਰੀਅਨ ਕਾਲਜ ਨੇ ਆਪਣਾ ਮਾਰਚ ਇਨਟੇਕ ਅਨਾਊਂਸ ਕਰਤਾ, ਐਮ ਕਾਲਜ ਨੇ ਆਪਣਾ ਮਾਰਚ ਇਨਟੇਕ ਅਨਾਊਂਸ ਕਰਤਾ, CCSQ ਕਾਲਜ ਨੇ ਆਪਣਾ ਮਾਰਚ ਇਨਟੇਕ ਅਨਾਊਂਸ ਕਰਤਾ, ਔਰ ਹੋਰ ਵੀ ਕਾਫੀ ਸਾਰੇ ਕਾਲਜਸ ਮਾਰਚ ਇਨਟੇਕ ਅਨਾਊਂਸ ਕਰਨ ਵਾਲੇ ਹੈ ਫਿਊਚਰ ਵਿੱਚ। ਸੋ ਸਟੂਡੈਂਟ, ਵਧੇਰੀ ਜਾਣਕਾਰੀ ਲਈ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੀਅਰੈਸਟ ਆਫਿਸ 'ਚ ਜ਼ਰੂਰ ਆ ਕੇ ਮਿਲ ਸਕਦੇ ਹੋ। ਸਾਡੀ ਟੀਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ 90413-90412 'ਤੇ। ਔਰ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਅਪੁਆਇੰਟਮੈਂਟ ਲੈ ਕੇ ਮੋਹਾਲੀ ਆਫਿਸ 'ਚ ਤੁਸੀਂ ਮੈਨੂੰ ਮਿਲ ਸਕਦੇ ਹੋ। ਜੇ ਤੁਹਾਨੂੰ ਕੋਈ ਵੀ ਡਾਊਟ ਹੈ, ਤੁਹਾਡੀ ਫਾਈਲ ਆਲਰੇਡੀ ਅੰਬੈਸੀ 'ਚ ਹੈਗੀ ਹੈ, ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ 90413-90412 'ਤੇ, ਈਮੇਲ ਕਰ ਸਕਦੇ ਹੋ info@landmarkimmigration.com। ਔਰ ਸਟੂਡੈਂਟਸ, ਸਰਕਾਰੀ ਕਾਲਜ ਅੱਜ ਦੀ ਡੇਟ 'ਚ ਓਵਰਆਲ 6 ਬੈਂਡਸ ਐਕਸੈਪਟ ਕਰ ਰਹੇ ਨੇ। ਜਿਹੜੀ ਫੀਸ ਹੈਗੀ ਹੈ ਉਹ $10,000 ਤੋਂ ਸਟਾਰਟ ਹੋ ਜਾਂਦੀ ਹੈ, $10,000 ਤੋਂ ਸਟਾਰਟ ਹੋ ਜਾਂਦੀ ਹੈ ਗਵਰਨਮੈਂਟ ਕਾਲਜਿਸ ਦੀ। ਐਂਡ ਓਵਰਆਲ 6 ਬੈਂਡ ਦੇ ਨਾਲ ਤੁਸੀਂ ਬਹੁਤ ਸਾਰੇ 25 ਤੋਂ ਵੀ ਵੱਧ ਕਾਲਜਿਸ 'ਚ, ਸਰਕਾਰੀ ਕਾਲਜਿਸ 'ਚ ਅਪਲਾਈ ਕਰ ਸਕਦੇ ਹੋ। ਆਫਰ ਲੈਟਰਸ ਆਰ ਆਲਸੋ ਕਮਿੰਗ ਬਿਟਵੀਨ 24 hours to 48 hours, ਯੈਸ, ਫਰੋਮ ਅ ਗਵਰਨਮੈਂਟ ਕਾਲਜ। ਗਵਰਨਮੈਂਟ ਕਾਲਜ ਤੋਂ ਜਿਹੜੀਆਂ ਆਫਰਸ ਆ ਰਹੀਆਂ 24 hours to 48 hours ਵਿੱਚ ਵੀ ਇਸ਼ੂ ਹੋ ਰਹੀਆਂ। ਸੋ ਡਾਇਰੈਕਟ ਟਾਈਅਪਸ ਬਿਲਕੁਲ ਮੈਟਰ ਕਰਦੇ ਹੈ, ਐਂਡ ਲੈਂਡਮਾਰਕ ਇਮੀਗ੍ਰੇਸ਼ਨ 'ਤੇ ਬਹੁਤ ਸਾਰੇ ਡਾਇਰੈਕਟ ਟਾਈਅਪ ਹੈਗੇ ਹੈ ਕੈਨੇਡਾ ਵਿੱਚ। ਸਾਡੇ ਮੈਨੇਜਰ ਹੈ ਕੈਨੇਡਾ ਵਿੱਚ ਜਿਹੜੇ ਕਿ ਕਾਲਜਿਸ ਨਾਲ ਹਮੇਸ਼ਾ ਹੀ ਰਾਬਤਾ ਕਾਇਮ ਰੱਖਦੇ ਹੈ। ਔਰ ਬਹੁਤ ਸਾਰੇ ਇੰਪੋਰਟੈਂਟ ਕੋਰਸਿਸ ਅੱਜ ਦੀ ਡੇਟ 'ਚ ਓਪਨ ਹੈ, ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨੀਅਰੈਸਟ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਬਹੁਤ ਸਾਰੇ ਕਾਲਜਿਸ ਐਪਲੀਕੇਸ਼ਨ ਫੀ ਵੇਵਰ ਵੀ ਦੇ ਰਹੇ ਹੈ, ਜਿੱਦਾਂ ਕਿ ਲੈਮਟਨ ਕਾਲਜ, ਨਾਇਗਰਾ ਕਾਲਜ, ਸੂ ਕਾਲਜ, ਇਹ ਕਾਲਜਿਸ ਤਾਂ ਐਪਲੀਕੇਸ਼ਨ ਫੀ ਵੇਵਰ ਦੇ ਹੀ ਰਹੇ ਹੈ। ਇਸ ਤੋਂ ਇਲਾਵਾ ਲੋਇਲਿਸਟ ਕਾਲਜ ਵੀ ਪਹਿਲੇ ਕੁਛ ਬੱਚਿਆਂ ਨੂੰ ਐਪਲੀਕੇਸ਼ਨ ਫੀ ਵੇਵਰ ਦੇ ਰਹੇ ਹੈ। ਇਫ ਯੂ ਆਰ ਲੱਕੀ ਇਨਫ, 10 ਬੱਚਿਆਂ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਦੇ ਲੋਇਲਿਸਟ ਕਾਲਜ ਵੀ ਐਪਲੀਕੇਸ਼ਨ ਫੀ ਵੇਵਰ ਦੇ ਰਹੇ ਹੈ। ਸੋ ਸਟੂਡੈਂਟਸ, ਇਸ ਚੀਜ਼ ਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ, ਚਾਹੇ $100 ਹੈ, $150 ਹੈ। ਯੂਨੀਵਰਸਿਟੀ ਆਫ ਕੈਨੇਡਾ ਵੈਸਟ ਵੈਨਕੂਵਰ 'ਚ ਐਪਲੀਕੇਸ਼ਨ ਫੀ ਵੇਵਰ ਦੇ ਰਹੇ ਹੈ। ਸੋ ਇਸ ਚੀਜ਼ ਦਾ ਆਪਾਂ ਨੂੰ ਫਾਇਦਾ ਉਠਾਉਣਾ ਚਾਹੀਦਾ। ਐਂਡ ਸਕੋਲਰਸ਼ਿਪਸ ਆਰ ਆਲਸੋ ਬੀਇੰਗ ਆਫਰਡ ਬਾਈ ਮੈਨੀ ਕਾਲਜਿਸ ਐਂਡ ਯੂਨੀਵਰਸਿਟੀਜ਼। ਸੋ ਨੈਕਸਟ ਇਨਟੇਕ ਬਹੁਤ ਜਲਦੀ ਆਉਣ ਵਾਲਾ, ਦੈਟ ਇਜ਼ ਜਨਵਰੀ, ਐਂਡ ਵੀ ਆਰ ਵੇਟਿੰਗ ਫਾਰ ਕਲੈਰਿਟੀ ਫਰੋਮ ਕੈਨੇਡਾ ਹਾਈ ਕਮਿਸ਼ਨ IRCC ਔਨ ਮੈਨੀ ਪੁਆਇੰਟਸ। ਐਂਡ ਬਹੁਤ ਜਲਦ ਹੀ ਮੈਨੂੰ ਲੱਗਦਾ ਪੋਜ਼ਿਟਿਵ ਨਿਊਜ਼ ਸਟੂਡੈਂਟਸ ਨਾਲ ਸ਼ੇਅਰ ਕੀਤੀ ਜਾਏਗੀ। ਧੰਨਵਾਦ। ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਸਾਡੇ ਵੀਡੀਓਜ਼ ਜੇ ਤੁਹਾਨੂੰ ਠੀਕ ਲੱਗਦੇ ਹੈ ਤਾਂ ਸ਼ੇਅਰ ਕਰ ਸਕਦੇ ਹੋ, ਕਿਉਂਕਿ ਬਹੁਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਵੀ ਇਨਫੋਰਮੇਸ਼ਨ ਸ਼ੇਅਰ ਹੋਏ ਸਟੂਡੈਂਟਸ ਨਾਲ, ਸਾਰੀ ਕਰੈਕਟ ਇਨਫੋਰਮੇਸ਼ਨ ਸ਼ੇਅਰ ਹੋਏ ਔਰ ਸਟੂਡੈਂਟਸ ਨੂੰ ਕਲੈਰਿਟੀ ਮਿਲ ਸਕੇ। ਥੈਂਕ ਯੂ।